ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਨੂੰ ਲੈ ਕੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਹਦਾਇਤਾਂ ਜਾਰੀਆਂ ਨੇ। ਇਸੇ ਆਧਾਰ ਤੇ ਹੀ ਉਲੰਘਣਾ ਕਰਨ ਵਾਲੇ ਲਈ ਜੁਰਮਾਨੇ ਦਾ ਵੀ ਪ੍ਰਾਵਧਾਨ ਹੈ, ਪਰ ਇਸ ਦੇ ਉਲਟ ਕਿਸਾਨਾਂ ਵੱਲੋਂ ਕਣਕ ਦਾ ਨਾੜ ਲਗਾਤਾਰ ਸਾੜਿਆ ਜਾ ਰਿਹਾ। ਅਜਿਹਾ ਹੀ ਵੇਖਣ ਨੂੰ ਮਿਲਿਆ ਮੋਗਾ ਵਿੱਚ, ਜਿੱਥੇ ਕਿਸਾਨ ਯੂਨੀਅਨ ਦੇ ਵਰਕਰਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਈ ਗਈ। ਇਸ ਮੌਕੇ ਤੇ ਮੌਜੂਦ ਕਿਸਾਨਾਂ ਅਤੇ ਯੂਨੀਅਨ ਵਰਕਰਾਂ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਏ ਬਗੈਰ ਜ਼ਮੀਨ ਨੂੰ ਵਾਈਯੋਗ ਬਣਾਉਣਾ ਬਹੁਤ ਮਹਿੰਗਾ ਸੌਦਾ ਹੈ। ਇਸ ਕਾਰਨ ਬਹੁਤੇ ਕਿਸਾਨ ਖਰਚਾ ਨਹੀਂ ਚੁੱਕ ਸਕਦੇ। ਦੂਜਾ, ਉਹਨਾਂ ਇਹ ਵੀ ਮਾਮਲਾ ਉਠਾਇਆ ਕਿ ਸਰਕਾਰ ਜੇਕਰ ਪ੍ਰਦੂਸ਼ਣ ਨੂੰ ਵਾਕਿਆ ਹੀ ਗੰਭੀਰ ਸਮੱਸਿਆ ਮੰਨਦੀ ਹੈ ਤਾਂ ਉਸਨੂੰ ਫੈਕਟਰੀਆਂ ਦੇ ਜ਼ਹਿਰੀਲੇ ਧੂੰਏ ਨੂੰ ਵੀ ਬੰਦ ਕਰਨਾ ਚਾਹੀਦਾ ਹੈ। ਇਕੱਲਾ ਕਿਸਾਨੀ ਤੇ ਬੋਝ ਪਾਉਣਾ ਠੀਕ ਨਹੀਂ ਹੈ। ਹਵਾਓਂ ਕੋ ਵੀ ਦੂਸ਼ਿਤ ਕਰ ਰਹੇ ਹੈ, ਪੰਜਾਬ ਕੀ ਔਰ ਪਾਣੀ ਕੋ ਵੀ ਦੂਸ਼ਿਤ ਕਰ ਰਹੇ ਹੈ। ਲੇਕਿਨ ਕਿਉਂ ਹਰ ਵਾਰ ਕਿਸਾਨ ਕੋ ਹੀ ਜ਼ਿੰਮੇਵਾਰ ਬਣਾਇਆ ਜਾਂਦਾ ਹੈ? ਹਾਲਾਂਕਿ ਜੇ ਆਗ ਹੈ ਸਿਰਫ 10 ਦਿਨ ਜਾਂ 15 ਦਿਨ ਕੇ ਲਈ ਲਗਾਈ ਜਾਂਦੀ ਹੈ, ਜੇ ਧੂੰਆਂ ਵੀ ਇਤਨਾ ਹਾਨੀਕਾਰਕ ਨਹੀਂ ਹੈ ਜਿਤਨਾ ਕੋਲੇ ਕੀ ਆਗ ਕੇ ਧੂੰਏ ਕੇ ਜੈਸਾ ਜਿਤਨਾ ਹਾਨੀਕਾਰਕ ਨਹੀਂ ਹੈ। ਬੰਦੇ ਜਿਸ ਵੀ ਕਿਸਾਨ ਪਰ ਕੋਈ ਪਰਚਾ ਹੋਤਾ ਹੈ, ਕਿਸਾਨ ਕੀ ਪੂਰੀ ਹਮਾਇਤ ਕਰੇਗੀ, ਉਹ ਪਰਚੇ ਰੱਦ ਕਰਵਾਉਣ ਕੇ ਲੀਏ ਹਰ ਹਰਬਾ ਵਰਤੇਗੀ, ਧਰਨੇ ਮੁਜ਼ਾਹਰੇ ਵੀ ਹੋਣਗੇ, ਰੋਸ ਮਾਰਚ ਵੀ ਹੋਣਗੇ।